ਲਾ ਦੇ ਮਾਂ ਆ ਬਾਕੀ ਬਚਦੀ ਜ਼ਿੰਦਗੀ ਮਾਨ ਦੇ ਨਾਲ ਖਵਾ ਦੇ ਮਾਂ ਉਹ ਦੁਸ਼ਮਣ ਫਿਰਦੇ ਮਾਂ ਬੋਲੀ ਦੇ ਪਿੱਛੇ ਅੱਗੇ ਜੀ ਉਹ ਟੱਪੀ ਹਵਾ ਗੁਰਦਾਸ ਮਾਨ ਨੂੰ ਕਦੇ ਨਾ ਲੱਗੇ ਜੀ ਉਹ ਟੱਪੀ ਹਵਾ ਗੁਰਦਾਸ ਮਾਨ ਨੂੰ ਕਦੇ ਨਾ ਲੱਗੇ ਜੀ ਉਹ ਟੱਪੀ ਹਵਾ ਗੁਰਦਾਸ ਮਾਨ ਨੂੰ ਕਦੇ ਨਾ ਲੱਗੇ ਕਿਤੇ ਸੀ ਸ਼ਰੀਕਾ ਨੇ ਨਜਾਇਜ਼ ਕਬਜ਼ੇ ਸਾਰੇ ਸੀ ਪੁਜਾਤੇ ਦਾ।
ਕਰਦਾ ਤੂੰ ਸੁਣੀ ਮੈਂ ਕਵਾਲੀ ਤੇ ਕਵਾਲ ਹੋਣਾ ਨੀ ਕੋਈ ਨਸਰ ਤਾਂ ਫਤਿਹ ਅਲੀ ਖਾਨ ਵਰਗਾ ਕੌਰ ਵੀ ਨਹੀਂ ਕਹਿਣਾ
ਹੋਰ ਕਿਨੂੰ ਅੱਖਾਂ ਭਾਵੇਂ ਚਲੇ ਤਵੇ ਲੋਕ ਔਰ ਵੀ ਨਾ ਗਾਈਦਾ ਉਹ ਆਰਨੇ ਦੇ ਸੌਖੀਆਂ ਦਾ ਕਲਾਕਾਰੀਆਂ ਭਾਵੇਂ ਨੇ ਸੁਬਾ ਸ਼ਾਮ ਦਾ ਰਿਆਜ ਲੈ ਕੇ ਸੌਂਦਿਆਂ ਨੀ ਉੱਚ ਭਾਵੇਂ ਮਿੱਤਰਾਂ ਨੂੰ ਸਾਈਕਲ ਜੋੜੇ ਨਾ ਪਰ ਫੀਲਗਾਂ ਚ ਪੱਟ ਲਓ ਜਹਾਜ ਲੈ ਕੇ ਸੌਂਦਿਆਂ ਚੌਂਕ ਵਿੱਚ ਹੋ ਗਿਆ ਜੀ ਲਾਲ ਬੱਤੀਆਂ ਤੇ ਫਿਰ ਬਾਬਾ ਕਿਉਂ ਨਾ ਘਰੇ ਦੱਸੋ ਅੱਖਾਂ ਤੱਤੀਆਂ ਕਹਿੰਦਾ ਪਾਈ ਫਿਰੇ ਜੀਣ ਵੀ ਬਾਂਦਾ ਗਲਕ ਤੋਂ ਮਿਲੋ ਸਾਡੂ ਉੱਤੇ ਰੱਖ ਸਾਡੂ ਉੱਤੇ ਰੱਖ ਨੈਣੋ ਨੂੰ ਟਰੱਕ ਤੋਂ ਵੀ ਬਾ ਸਾਡੂ ਉੱਤੇ ਰੱਖ ਚੌਂਕ ਵਿੱਚ ਹੋ ਗਿਆ ਜੀ ਲਾਲ ਬੱਤੀਆਂ ਸਾਰੇ ਉੱਤੇ
ਸੁਣਾਉਣਾ। ਦਿੱਲੀ ਸਾਈਡ ਦੀ ਕੁੜੀ ਹੁੰਦੀ ਹੈ ਤੇ ਮੁੰਡਾ ਹੁੰਦਾ ਪੰਜਾਬ ਦਾ, ਆਪਸ ਗੱਲਾਂ ਬਾਤਾਂ ਹੁੰਦੀਆਂ ਨੇ। ਪੰਜਾਬੀ ਕਿਵੇਂ ਹਿੰਦੀ ਦੇ ਵਿੱਚ ਜਵਾਬ ਦੇਣਗਾ? ਹਾਏ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ, ਹੋ ਕੱਪੜੇ ਵਾਲੀ ਜੀ ਬੰਦੇ ਟੱਕਰੇ ਆਉਂਦੀ ਕਾਲੀ ਨਾ, ਉਹ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ, ਉਹ ਕੱਪੜੇ ਵਾਲੀ ਜੀਪ ਦੇ ਟਾਕਰੇ ਆਉਂਦੀ ਕਾਲੀ ਨਾ। ਇੱਕ ਵਾਰੀ ਕਾਲੀ ਕਰਨ ਵੀਰੇ ਲਈ ਤੇ ਮਾਮਾ ਜੀ ਲਈ ਜਿਨ੍ਹਾਂ ਨੇ ਕਬੱਡੀ ਕੱਪ ਨੂੰ ਸਪੌਂਸਰ ਕੀਤਾ, ਉਹਨਾਂ ਦੇ ਜ਼ਰੀਏ ਅਸੀਂ ਇੱਥੇ ਪਹੁੰਚੇ ਹਾਂ। ਅੱਜ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ, ਉਹ ਕੱਪੜੇ ਵਾਲੀ ਜੀਪ ਦੇ ਟਾਕਰੇ ਆਉਂਦੀ ਕਾਲੀ ਨਾ, ਉਹ ਕਹਿੰਦੀ ਤਿਰਛੇ ਤਿਰਛੇ ਤੂੰ ਮੂੰਹ ਛੋ ਕੇ ਵਾਲ ਕਿਉਂ ਰੱਖਦੇ ਹੋ, ਚਲੋ ਇਹ ਬਤਾਓ ਹਰ ਵਕਤ ਆਖ ਤੁਮ ਲਾਲ ਕਿਉਂ ਰੱਖਦੇ ਹੋ, ਉਹ ਕਹਿੰਦਾ ਕੁਛ ਨਹੀਂ ਹੁਆ ਮੈਂ ਤੇ ਮੁਸਕੀ ਆਖ ਮੈਂ ਮਾਖੀ ਹੈ, ਟੀਜ਼ਰ ਹੀ ਵੇਖਿਆ ਹੈ ਪਿਕਚਰ ਤਾਂ ਬਾਕੀ ਹੈ, ਟੀਜ਼ਰ ਹੀ ਵੇਖਿਆ ਹੈ। ਜਿਹੜੀ ਐਲ ਵਾਂਗੂ ਅੱਖ ਖੜੇ ਨਾ ਹੋ ਭੀਮ ਨਹੀਂ ਹੋ
ਸਗਾਰੀ ਦਾ ਉਹ ਮੈਨੂੰ ਮਾਝਾ ਕੇ ਆ ਲੈ ਲੈਣ ਦੇ ਆ ਕੰਮ ਕਿਤੇ ਨੀ ਗਿਆ ਕਲਾਕਾਰੀ ਦਾ ਨਾਲੇ ਨਾਮ ਸੁਣੀ ਨਾਲੇ ਨੋਟ ਗਿਣੀ ਆ ਨਾਲੇ ਨਾਮ ਸੁਣੀ ਨਾਲੇ ਨੋਟ ਗਿਣੀ ਆ ਬਸ ਕਿਲਾ ਕੂ ਭਰਨੇ ਪਾ ਬਾਪੂ ਐਸਾ ਕਿਸੇ ਕਿਸੇ ਤੋਂ ਹੀ ਲੱਗਦਾ ਏ ਆ ਹੁਣ ਜ਼ਿਆਦਾ ਲੱਗਦੇ ਦਾ ਬਾਪੂ ਐਸਾ ਕਿਸੇ ਕਿਸੇ ਤੋਂ ਹੀ ਲੱਗਦਾ ਏ ਹੁਣ ਜ਼ਿਆਦਾ ਲੱਗਦੇ ਦਾ ਬਾਪੂ ਉਸ ਤਾਦ ਸ਼ਕੰਦਰ ਬੈਠਾ ਏ ਸਭੀ ਸੱਪ ਵਰਗੀਆਂ ਗਾਣਿਆਂ ਨੂੰ ਖੰਡ ਵਾਲਾ ਖੁੱਲੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੌੜਦੇ ਆਣਿਆਂ ਨੂੰ ਆ ਚੌਂਦਾ ਚਮਕੀਲਾ ਹੁੰਦਾ ਜੇ ਦਿੰਦਾ ਕੰਨਾਂ ਨੂੰ ਘਰੇ ਬਿਠਾ ਬਾਪੂ ਸਾ ਕਿਸੇ ਕਿਸੇ ਤੋਂ ਹੀ ਲੱਗਦਾ ਏ ਹੁਣ ਜ਼ਿਆਦਾ ਲੱਗਦੇ ਦਾ ਬਾਪੂ ਸੋ ਇੰਨੀ ਹਾਜ਼ਰੀ ਮੇਰੀ ਕਬੂਲ ਕਰਿਓ ਇੱਕ ਵਾਰੀ ਸਵਾਰਾ ਲਾਲ ਕਰਾ ਮਾਰ ਗਿਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਰੱਬ ਨੇ ਕਦੇ ਚਾਹਿਆ ਫੇਰ ਮਿਲਾਂ ਥੈਂਕ ਯੂ ਕਿਵੇਂ ਜੇ ਲੱਗਿਆ ਜੀ ਸਾਰਿਆਂ ਨੂੰ ਇੱਕ ਵਾਰ ਲਲਕਾਰਾ ਮਾਰ ਕੇ ਦੱਸ ਦਿਓ ਲਾਸਟ ਵਾਰ ਦੀ ਸਲਾਮ ਹੈ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ ਜਿਉਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ ਆਸੋ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਇੰਨਾ ਪਿਆਰ ਦੇਣ ਲਈ ਸੋ ਹਮੇਸ਼ਾ ਤੁਹਾਡੀ ਖੁਸ਼ੀ 'ਚ ਹਾਜ਼ਰ ਰਹੇਗਾ ਆਰ ਐਨ ਐਫ ਸੀ ਗਰੁੱਪ ਧਰਮਪੁਰਾ ਆਰ ਨੇ ਸੰਗੀਤ ਪਰਿਵਾਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਬਾਏ ਬਾਏ ਆਈ ਫਟ ਤੁਹਾਡਾ ਹੁੰਦਾ
ਦੱਸਾਂ Thank you.
ਸੁਹਾਜ਼ਰੇ ਇੱਕ ਵਾਰ ਤਾੜੀਆਂ ਮਾਰ ਦਿਓ ਬਈ। ਉਹ ਖੂਬਸੂਰਤ ਆਵਾਜ਼ ਜਿਹਦਾ ਮੁਕਾਬਲੇ ਸਮੇਂ ਤੋਂ ਵੇਟ ਕਰ ਰਹੇ ਸੀ, 60 ਦਿਨ ਪਹੁੰਚ ਚੁੱਕੇ ਹੈ। ਉਹ ਫਨਕਾਰ ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ, ਜਿਨ੍ਹਾਂ ਦੇ ਗੀਤਾਂ ਨੂੰ, ਜਿਨ੍ਹਾਂ ਦੀਆਂ ਕੈਸਟਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਕਰ ਬਖਸ਼ਿਆ। ਗੱਲ ਕਰਦੇ ਉਹਨਾਂ ਦੇ ਗੀਤਾਂ ਦੀ, ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ, ਪਿੰਡਾਂ ਵਾਲੀ ਹੁੰਦੀਆਂ ਮੰਡੀਰ ਚੱਕ ਗਈ, ਅੱਖਾਂ ਕੱਢ ਕੇ ਨਾ ਨੰਗ ਵੈਰੀਆ, ਹੱਟ ਦੁਖਦੇ ਸਿਆਲ ਚ ਬੜੇ, ਮੁੰਡਾ ਹੋਇਆ ਫੈਨ ਫਿਕਰ ਸਲੇ ਬੰਦਾ, ਥੋਡੀ ਵਾਲੇ ਦਿਨ ਦਾ ਨੀ ਤੇਰੀ ਨੋਜ਼ ਪਿੰਨ ਦਾ, 12 ਵਜੇ ਲੱਗੇ ਜਿਹਦੇ ਪਾਸਪੋਰਟ ਤੇ, ਕਰ ਗਈ ਪਸੰਦ ਜੱਟ ਚਾਦਰੇ ਵਾਲਾ, ਆਪ ਭਾਵੇਂ ਲੱਗਿਆ ਨਾ ਜੱਟ ਡਿਪਟੀ ਨੀ ਬਣੇ ਜੱਟ ਨੇ ਲੋਏ ਨੇ। ਸੋ ਹਾਜ਼ਰੀਨ, ਉਹ ਖੂਬਸੂਰਤ ਗੀਤਾਂ ਦੇ ਨਾਲ, ਉਹ ਖੂਬਸੂਰਤ ਆਵਾਜ਼ ਦਾ ਮਾਲਿਕ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਮੇਰੀ ਬਰਾਤ ਮਿਸਟਰ ਜਸ ਬਾਜਵਾ। ਮੇਲੇ ਕਰਾਉਣੇ ਆਪਦੇ ਆਪ ਜੀ ਬਹੁਤ ਵੱਡਾ ਹੀ ਸ਼ੰਘ ਦਾ ਯੋਗ ਕਦਮ ਹੁੰਦਾ ਜੀ। ਕਮੇਟੀ ਵਾਲਿਆਂ ਦੇ ਨਾਲ ਇੱਕ ਵਾਰੀ ਤਾੜੀ ਮਾਰ ਦਿਓ ਜਿਹਨਾਂ ਨੇ ਐਡਾ ਵਧੀਆ ਮੇਲਾ, ਤੇ ਮੈਂ ਥੈਂਕ ਯੂ ਕਰਦਾ ਸਾਰੇ ਕਮੇਟੀ ਵਾਲਿਆਂ ਦੇ, ਤੁਹਾਡੇ ਵਰਗੀ ਆਡੀਅੰਸ ਮੇਰੇ ਰੂਹ ਰੂਹ ਕੀਤੀ। ਬਹੁਤ ਦਿਨ ਹੋ ਗਏ ਰੋਜ਼ੇ ਵਿਆਹਾਂ 'ਚ ਗਾਈਦਾ ਜਾ ਕੇ ਐਡਾ ਆ ਕੁੱਕਾਂ ਵਾਲਾ ਕਿਤੇ ਮਾਹੌਲ ਹੀ ਨਹੀਂ ਸੀ। ਇੱਕੋ ਤਾੜੀ ਮਾਰ ਲਿਓ ਇੱਕ ਵਾਰੀ ਆਪਣੇ ਨਾਲ, ਮਹਾਰਾਜ ਤੁਹਾਨੂੰ ਸਭ ਤੋਂ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਸਾਰੇ ਨਗਰ ਨੂੰ। ਸੋ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ, ਹੁਣ ਕਰੀਏ ਸ਼ੁਰੂ ਭਾਈ ਫਿਰ। ਅੱਛਾ, ਗਾਣੇ ਵਧੀਆ ਲੱਗਦੇ ਨੇ, ਸੁਣੇ ਨੇ ਸਾਰੇ? ਜਿਹੜੀ ਨਵੀਂ ਟੇਪ ਆਈ ਸੀ ਉਹ ਵੀ ਸੁਣੀ? ਇੱਧਰ ਲੈਣੇ ਮਤਲਬ ਵਧੀਆ। ਜਿਹੜਾ ਤੁਸੀਂ ਗਾਣਾ ਸੁਣਦਾ ਹੋਇਆ ਮੈਨੂੰ ਦੱਸ ਦਿਓ, ਆਪਾਂ ਸਾਰੀ ਗੱਲ, ਬਾਕੀ ਮੈਂ ਆਪਣੇ ਹਿਸਾਬ ਨਾਲ ਚੱਲੀ ਜਾਂਦਾ। ਜਿਹੜਾ ਵੀ ਤੁਸੀਂ ਸੁਣਦਾ ਹੋਇਆ ਇੱਕ ਵਾਰੀ ਦੱਸ ਦਿਓ ਵੀ ਉਹ ਗਾਣਾ ਲਾ ਦਿਓ, ਆਪਾਂ ਨਾਲ ਖੜਦਾ। ਹਾਂਜੀ, ਕਿਹੜਾ ਜੀ? ਸਾਰੇ ਸਾਰੇ ਡਿਪਟੀ, ਤੁਹਾਨੂੰ ਸਭ ਨੂੰ ਡਿਪਟੀ ਲਵਾ ਕੇ ਜਾਵਾਂਗੇ। ਗਿੱਲ ਸਾਹਿਬ ਬਾਅਦ ਬੋਲਦੇ ਥੋੜ੍ਹੀ ਜਿਹੀ ਹੋਰ ਕਿ ਜ਼ਿੰਦਗੀ 'ਚ ਕਹਿੰਦੇ ਕੋਈ ਵੀ ਬੰਦਾ ਮੁਕਾਮ ਕੋਈ ਰੁਤਬਾ ਹਾਸਲ ਕਰਦਾ ਉਹਦੇ ਵਿੱਚ ਉਹਦੇ ਯਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ। ਸੋ ਕੱਲ੍ਹ ਆਪਾਂ ਯਾਰਾਂ ਤੋਂ ਸ਼ੁਰੂ ਕਰਾਂਗੇ। ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਬਾਈ ਜਸਕਰਨ ਉਹਨਾਂ ਦੇ, ਇਹਨਾਂ ਕਰਕੇ ਤੁਹਾਡੇ ਰੂਬਰੂ ਹੋਏ। ਹਾਂਜੀ, ਸੋਚ ਤੇ ਸੁਪਨੇ ਬਹਿੰਦੇ ਨੇ ਨੀ ਭਾਵੇਂ ਕੱਪੜੇ।
ਨਿੰਦਰਾ ਵਗਦਿਆਂ ਨਖਰਾ ਵੱਡੀ ਨਵੀਨਾ ਟੰਡਣ ਦਾ
अच्छा कहना मेरे ना दस मीन वाले बाबे ते चल के सुख सुख भी तू बाहर चलेगी ते मैनू बुलाएगी वो कहती दस मीन वाले दी की जेड़े मर्जी गुरुद्वारे ले जा बुलाऊंगी तेनू जरूर वो फीसा भर दिंदा सहेली ओदी बाहर चले जाती है मुड़ के उहनू बाहर जाके ना चिट्ठी पाउंदी है ना पत्र पाउंदी है ना बुलाउंदी है वो कहता भी हुण जिंदगी च कुछ करके दिखाउणा है जद तक थोड़े दिल ते गल ना बजे जद तक सवाल नहीं होता वो कहता इधर इंडिया च रह के कामयाब होके दिखाउणा है ਤੇ ਹੋਵਾਂ ਜਿਵੇਂ ਮਰਜ਼ੀ ਵੀ ਜਦੋਂ ਮੁੜੇ ਬਾਹਰੋਂ ਤੁਹਾਨੂੰ ਪਤਾ ਲੱਗੇ ਵੀ ਕੋਈ ਆਸ਼ਕ ਬਿਜ਼ਨਸਮੈਨ ਬਣ ਕੇ ਉੱਠਿਆ ਤੇ ਜਦੋਂ ਉਹ ਮੁੜਦੀ ਹੈ ਇੰਨੇ ਨੂੰ ਮੁੰਡਾ ਇੱਧਰ ਕੰਮ ਕਾਰ ਸੈੱਟ ਕਰ ਲੈਂਦਾ ਤੇ ਫਿਰ ਕੀ ਕਹਿੰਦੀ ਹੈ ਕੁੜੀ ਨੂੰ ਦੇਖ ਕੇ ਆਇਆ Thank you.
ਤਾੜੀ ਹੈ ਭਰਾ ਜਿਹੜੇ ਹਿਸਾਬ ਨਾਲ ਰਿਸਕ ਨਾਲ ਲਾਇਆ ਤੇਰੇ ਪਿੱਛੇ ਬਨੇਰਾ ਗਿਰਨਾ ਦੇ ਮੇਰਾ ਵੀਰ ਹਾਂਜੀ ਵੀਰੇ ਕਿਹੜਾ 12 ਵੀਜ਼ੇ ਦਾ ਕਾਦਾ ਡਿਪਟੀ ਚਾਚਾ ਭਤੀਜਾ ਦਿਲ ਦੇ ਰਾਜੇ ਦਿਲ ਦੇ ਰਾਜੇ ਕਿਆ ਹੋਵਾ ਤੁਸੀਂ ਸਾਰੇ ਦਿਲ ਦੇ ਰਾਜੇ ਤਾੜੀ ਮਾਰ ਲਿਆ ਪੰਜਾਬੀ ਹੁੰਦੇ ਹੀ ਦਿਲ ਦੇ ਰਾਜੇ ਜਿੰਨੇ ਵੱਡੇ ਦਿਨ ਮੈਂ ਕਹਿੰਦਾ ਦੁਨੀਆਂ 'ਚ ਪੰਜਾਬੀਆਂ ਦੇ ਨੇ ਕਿਤੇ ਵੀ ਕਿਸੇ ਦੇ ਵੀ ਨਹੀਂ ਹੈਗੇ ਸੋ ਆਪਣੇ ਵਾਸਤੇ ਖਰਾਬ ਵਾਲੀ ਗੱਲ ਹੈ ਉਹਦਾ ਬਦਨਾਮੀ ਜ਼ਿਆਦਾ ਕਰਦੀ ਵੀ ਮੁੰਡੇ ਨਸ਼ੇ ਪੱਤੇ ਦੇ ਲੱਗੇ ਹੋਏ ਪਰ ਵਹਿ ਵੀ ਹੈ ਚੰਗੇ ਵੀ ਬਹੁਤ ਆਓ ਜੀ ਇੱਕ ਮਿੰਟ ਦੇ ਦਿਓ ਥੋੜ੍ਹਾ ਜਿਹਾ ਡਾਊਨ ਕਰਕੇ ਮੈਨੂੰ ਹਾਂਜੀ ਥੋੜ੍ਹੀ ਸ਼ਾਰਪ ਕਰ ਦਿਓ ਹਾਂਜੀ ਲੈ ਲਗੀ ਥੋੜ੍ਹੀ ਘੱਟ ਕਰ ਹਾਂਜੀ ਆ ਜਾਓ ਸਰਕਲ ਸਾਡਾ ਦਿਲ ਵਿੱਚ ਹੈ ਬੇਦੰਗੀ ਤੇ ਬਦਲ ਮਾਹੌਲ ਗਿਆ ਯਾਰ ਬਦਲੇ ਸਿੰਗਰੀ ਬਦਲ ਮਾਹੌਲ ਗਿਆ ਸਮਾਂ ਚੇਂਜ ਹੋ ਜਾਣਾ ਚਾਹੀਦਾ ਵਧੀਆ ਗੱਲ ਆ ਬੰਦੇ ਮਿਹਨਤ ਕਰਦੇ ਨੇ ਪਰ ਸਮੇਂ ਦੇ ਨਾਲ ਨਾਲ ਤੁਹਾਡੇ ਯਾਰ ਨਹੀਂ ਚੇਂਜ ਹੋਣੇ ਚਾਹੀਦੇ ਜਦੋਂ ਤੁਸੀਂ ਪਹਿਲਿਆਂ ਦਿਨਾਂ 'ਚ ਜਿੱਥੋਂ ਚੱਲੇ ਹੋ ਜੇ ਤੁਹਾਡੇ ਉਹੀ ਸੱਜਣ ਤੁਹਾਡੇ ਨਾਲ ਨੇ ਤਾਂ ਤੁਸੀਂ ਜ਼ਿੰਦਗੀ 'ਚ ਬਹੁਤ ਤਰੱਕੀ ਕਰੋਗੇ ਜੇ ਸਮਾਂ ਦੇਖ ਕੇ ਸੱਜਣ ਵੀ ਚੇਂਜ ਕਰੀ ਗਏ ਫਿਰ ਇੱਕ ਥਾਂ 'ਤੇ ਜਾ ਕੇ ਖੜ ਜਾਓਗੇ ਉਦੋਂ ਅੱਗੇ ਨਹੀਂ ਵੱਧ ਸਕਦੇ ਆ ਜਾਓ
ਜੀ ਡਿਪਟੀ ਆਓ ਜੀ ਲਓ ਜੀ ਡਿਪਟੀ ਸਾਰੇ ਸਾਰੇ ਜੱਟ ਦੇ ਬੜੇ ਜੱਟ ਦੇ ਲਵਾਏ ਨੇ ਜੱਟ ਦੇ ਲਵਾਏ ਨੇ ਓਏ ਆਪਾਂ ਮੈਨੂੰ ਕਿਹਾ
ਚਾਰ ਲੈਟਰ ਕੀ ਕੀਬੋਰਡ ਨੂੰ ਪਾਲੋ ਪਾਲੋ ਕੋਈ। ਸੋ ਬਹੁਤ ਸਾਰਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ, ਤੁਹਾਡਾ ਸਭ ਦਾ। ਗੱਲ ਸੁਣਾ ਦੇਣਾ ਤੁਹਾਨੂੰ ਉਦੋਂ ਤੱਕ ਕੋਈ ਨਾ ਬੋਲਿਆ ਤੇ ਮੈਨੂੰ ਪਤਾ ਨੀ ਸੀ ਫੋਨ ਉਹਦੀ ਮਾਤਾ ਕੋਲਿਆ। ਮੁੰਡਾ ਇੱਦਾਂ ਹੀ ਚੜ੍ਹਦੀ ਉੱਪਰ ਚੁੰਦਾ ਤੁਹਾਡੇ ਵਰਗਾ, ਉਹ ਕਹਿੰਦਾ ਮੈਂ ਆਪਦੀ ਸਹੇਲੀ ਨੂੰ ਫੋਨ ਲਾਉਣਾ। ਉਹ ਫੋਨ ਉਹਦੀ ਮੰਮੀ ਕੋਲੇ ਹੁੰਦਾ, ਉਹ ਫੁਕਰ ਬੜਾ ਕਰ ਬਹਿੰਦਾ ਵੀ ਮੇਰਾ ਤਾਂ ਫੋਨ ਚੱਕਦੀ ਆ ਬੈਲ ਤੇ ਆ ਜੀ ਬਾਹਰ ਜੀ, ਜੋ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਚੱਲਦਾ ਹੀ ਆ ਜਵਾਨੀ ਜਦੋਂ ਆਉਂਦੀ ਹੈ। ਉਹ ਫੋਨ ਉਹਦੀ ਮੰਮੀ ਕੋਲੇ ਹੁੰਦਾ ਕਿ ਕੀ ਸਿਚੁਏਸ਼ਨ ਹੋ ਜਾਂਦੀ ਹੈ ਜਦੋਂ ਉਹਦੀ ਮੰਮੀ ਫੋਨ ਚੱਕ ਲੈਂਦੀ ਹੈ। ਮੈਨੂੰ ਪਤਾ ਨੀ ਸੀ ਫੋਨ ਉਹਦੀ ਮਾਤਾ ਕੋਲੇ, ਮੈਂ ਵੀ ਗੁੱਸੇ ਵਿੱਚ ਕਹਿਤਾ ਕਿੱਥੇ ਮਰ ਗਈ ਤੂੰ ਦੱਸ ਦੇ ਕੇ ਹੋਣਾ ਬੋਲਦੀ। ਕਹਿੰਦੀ ਕਾਜਾ ਤੂੰ ਖਿਡਾਏ ਮੈਂ ਕਚਰਾ ਸੀ ਤੂੰ ਉਹਦੀ ਮਾਂ ਬੋਲਦੀ। ਨਾਮ ਪੁੱਠਾ ਜਿਹਾ ਲੈ ਕੇ ਕਹਿਤਾ ਪੰਮੇ ਨੂੰ ਬੁਲਾਇਆ ਸੀ ਮੈਂ ਫੋਨ ਆਂਟੀ ਜੀ, ਤੇ ਲੱਗੇ ਕਾਲੀ ਕਾਲੀ ਵਿੱਚ ਮੈਥੋਂ ਲੱਗਦਾ ਏ ਲੱਗ ਗਿਆ ਰੋਗ ਆਂਟੀ ਜੀ। ਅੱਧੀ ਰਾਤ ਨੂੰ ਕਿਹੜਾ ਪੰਮਾ ਜਾਗਦਾ ਉਹ ਝੱਟ ਉਸੇ ਥਾਂ ਬੋਲ ਪਈ। ਕਹਿੰਦੀ ਟਲ ਜਾ ਤੂੰ ਖਿਡਾਏ ਤੇ ਕਚਰਾ ਸੀ ਤੂੰ ਉਹਦੀ ਮਾਂ ਬੋਲ ਪਈ। ਸੋ ਹਰ ਇੱਕ ਚੀਜ਼ ਹੈ ਜਿਹੜੀ ਉਹ ਸਹੀ ਵਰਤ ਵਾਸਤੇ ਬਣੀ ਹੈ, ਉਹਦਾ ਕਿਤੇ ਗਲਤ ਇਸਤੇਮਾਲ ਨਾ ਕਰਿਆ ਜਾਵੇ। ਰਲ ਮਿਲ ਕੇ ਮੇਰਾ ਭਰਾ ਜਿੱਦਾਂ ਤੁਹਾਡੀ ਸਹਿਮਤੀ ਨਾਲ ਚੱਲਦਾ ਆ ਜੀ ਆਓ ਜੀ। ਕਿਹੜਾ ਕਹਿੰਦੇ ਸੀ ਬਾਈ ਤੁਸੀਂ ਗਾਣਾ 12 ਵੀ ਉਹਦਾ 5 ਤੇ 2 7 7 ਕਿਹੜਾ ਕਿਹੜਾ ਵੀਰ ਸਿੰਘ ਸਾਹਿਬ ਕਿਹੜਾ ਸਾਰੇ ਲਓ ਜੀ ਡੋਜ਼ ਮਿਲ ਲਓ ਜੀ।